ਚੁੱਲ੍ਹੇ ਬਣਾਏ ਰਹੇ ਇਹ ਡੱਬਾ ਦਾ ਚੁੱਲ੍ਹਾ ਦੂਹ ਵਾਲਾ ਇੱਥੇ ਪਕਾਓ ਹਾਂਡੀ ਇੱਥੇ ਪਕਾਓ ਰੋਟੀ ਇੱਕ ਹੋ ਗਿਆ ਇਹ ਚੁੱਲ੍ਹਾ ਜੀ ਸਿੰਗਲ ਇਹ ਤੁਸੀਂ ਵੇਖ ਸਕਦੇ ਹੋ ਇਹਦੇ ਨਾਲ ਬਣਾਈ ਦੀ ਹੈ ਗੀਠੀ ਅਤੇ ਜਿਹਨੂੰ ਆਖੀ ਦਾ ਸਟੈਂਡ ਇਹ ਮਿੱਟੀ ਦਾ ਸਟੈਂਡ ਆ ਇਹਨੂੰ ਕੀ ਕਰਦੇ ਨੇ ਹਾਂਡੀ ਚੁੱਲ੍ਹੇ 'ਤੇ ਲਾ ਕੇ ਇਹਦੇ 'ਤੇ ਰੱਖ ਲੈਣੀ ਇੱਕ ਥੱਲੀ ਜਗ੍ਹਾ ਕਾਲੀ ਨਹੀਂ ਹੁੰਦੀ ਇਸ ਵਾਸਤੇ ਠੀਕ ਹੋ ਗਿਆ ਇਸ ਤੋਂ ਇਲਾਵਾ ਹੋਰ ਅਸੀਂ ਚੁੱਲ੍ਹਾ ਦਿਖਾਉਂਦੇ ਹਾਂ ਦੋਨੋਂ ਇੱਕ ਜੀ ਇਹ ਚੁੱਲ੍ਹਾ ਬਣਾਇਆ ਦਾ ਸੀ ਇਹ ਚੁੱਲ੍ਹਾ ਜੀ ਇਹ ਤਿੰਨ ਚੁੱਲ੍ਹੇ ਬਣਾਏ ਦੇ ਨੇ ਇਕੱਠੇ ਇਹ ਤੁਸੀਂ ਵੇਚ ਸਕਦੇ ਹੋ ਇਹਨੂੰ ਆ ਸਕਦੇ ਹੋ 3 ਪੀਸ ਚੌਲ ਸਾਲਣ ਇੱਥੇ ਚਾਹ ਦਿਲ ਮੰਨੇ ਇੱਥੇ ਸਾਲਣ ਗਰਮ ਕਰੋ ਇੱਥੇ ਰੱਖੋ ਤਵਾ ਅਤੇ ਰੋਟੀ ਪਕਾਓ ਇੱਥੇ ਨਾਲ ਹੀ ਚਾਹ ਰੱਖ ਲਓ ਦੋਵੇਂ ਕੰਮ ਆਸਾਨੀ ਨਾਲ ਹੋ ਸਕਦੇ ਤਿੰਨੇ ਕੰਮ ਕਿ ਦੋਵੇਂ ਮਤਲਬ ਕਿ ਜੇ ਚੌਲ ਪਕਾਉਣੇ ਹੋਣ ਤੇ ਫਿਰ ਵੀ ਪੱਕ ਜਾਂਦੇ ਤੇ ਜੇ ਰੋਟੀਆਂ ਪਕਾਉਣੀਆਂ ਹੋਣ ਤੇ ਫਿਰ ਵੀ ਹਾਂਡੀ ਸਾਲਣ ਤੇ ਚਾਹ ਤੇ ਬਣਾਉਣੀ ਹੈ ਦੋਵੇਂ ਕੰਮ ਆਸਾਨੀ ਨਾਲ ਹੋ ਗਏ ਠੀਕ ਹੋ ਸਿੰਗਲ ਪੀਸ ਇਹ 2 ਪੀਸ ਇਹ ਜੇ 3 ਪੀਸ ਇੱਕ ਹੁਣ ਤੁਹਾਨੂੰ ਹੋਰ ਸਿੰਗਲ ਪੀਸ ਦਿਖਾਉਂਦੇ ਹਾਂ ਉਹਦੇ ਤੇ ਤਿੰਨ 2 ਪੀਸ ਰੱਖੇ ਦੇਵਾਂਗੇ ਇਹ ਵੇਖ ਸਕਦੇ ਹੋ ਚੁੱਲ੍ਹੇ ਦਾ ਡਿਜ਼ਾਇਨ ਦੇਖੋ ਇਹ ਦਿਲ ਹਰ ਕੱਟ ਛੇੜਦੇ ਨੇ ਇਹਨੇ ਕੱਟੇ ਦੇ ਨੇ ਇਹ ਵੱਡਾ ਹੀ ਦਿਲ ਹੈ ਤਾਂ ਉਹਦੇ ਉੱਤੇ ਚੁੱਲ੍ਹਾ ਰੱਖ ਛੇੜਦਾ ਉਹਨੂੰ ਕੋਈ ਬਾਹਰ ਲਿਆ ਕਰਨਾ ਜੀ ਇਹ ਵੇਖ ਲਓ ਜੀ ਇੱਕ ਨਵੀਂ ਵਰਾਇਟੀ ਹੋਰ ਜੀ ਕਿ ਨਵੀਂ ਕੀ ਗੱਲ ਹੈ ਤਾਂ ਨਵਾਂ ਹੀ ਕੰਮ ਹੈ ਐਡਾ ਵੱਡਾ ਦਿਲ ਹੈ ਅਤੇ ਦਿਲ ਦੇ ਉੱਤੇ ਚੁੱਲ੍ਹਾ ਰੱਖਿਆ ਦਾ ਇਹ ਹੁਣ ਤੁਸੀਂ ਤੁਹਾਡੀ ਚੌਂਤਰੀ ਵੇਖ ਸਕਦੇ ਹੋ ਇਹ ਜੇ ਦੀਵਾਰਾਂ ਇਹ ਡਿਜ਼ਾਇਨ ਤਾਂ ਮਿਸਤਰੀਆਂ ਨੇ ਪਾ ਦੇਣ ਕਿ ਮਿੱਟੀ ਲਾ ਕੇ ਆਪੇ ਇਹਨੂੰ ਸੋਹਣਿਆ ਸੋਹਣਿਆ ਕਰ ਲਿਆ ਭੋਜੀ ਭਾਜੀ ਮਾਰ ਕੇ ਇਹ ਸਾਡੀ ਪਸਾਰੀ ਹੈ ਇਹ ਨਹੀਂ ਆਪੇ ਬਣਾਈ ਦੀ ਇਹ ਨਹੀਂ ਮਿਸਤਰੀਆਂ ਕੋਲ ਬਣਵਾਈ ਦੀ ਕੱਚੀ ਮਿੱਟੀ ਨਾਲ ਬਣਾ ਕੇ ਅਤੇ ਆਪੇ ਮਿੱਟੀ ਲਾਈ ਦੀ ਆ ਆਪੇ ਹੀ ਲੇਸ਼ੇ ਲਾ ਕੇ ਅਤੇ ਹੁਣ ਅਸੀਂ ਇਹਦੇ ਵਿੱਚ ਰੋਟੀ ਪਕਾਉਂਦੇ ਹਾਂ ਵੇਖਦੇ ਵੱਲ ਚੁੱਲ੍ਹਾ ਵੀ ਕੋਈ ਹੈ ਇੱਥੇ ਕਿ ਨਹੀਂ ਮਾਸ਼ਾ ਵੀ ਇੱਥੇ ਤਾਂ ਬੜਾ ਸੋਹਣਾ ਜਿਹਾ ਚੁੱਲ੍ਹਾ ਮੈਂ ਤੁਹਾਨੂੰ ਕੱਢ ਕੇ ਦੱਸਾਂ ਆਇਓ ਜਿਹਾ ਰੱਖ ਨੇੜੇ ਲਓ ਜੀ ਇਹ ਅਸੀਂ ਕਿਚਨ 'ਚ ਚੁੱਲ੍ਹਾ ਰੱਖਿਆ ਜਾਇਆ ਤੁਸੀਂ ਦੇਖ ਸਕਦੇ ਹੋ ਇਹ ਜੇ ਚੈਨਕ ਵਾਲਾ ਚੁੱਲ੍ਹਾ ਇਹ ਜੀ ਚੈਨਕ ਵਾਲਾ ਚੁੱਲ੍ਹਾ ਇਹ ਦੇਖੋ ਢੱਕਣ ਚੈਨਕ ਦਾ ਇਹ ਜੇ ਟੁੱਟੀ ਇੱਥੋਂ ਦੀ ਚਾਹ ਪਾਈ ਦਾ ਤੁਸੀਂ ਵੈਸੇ ਝੱਗ ਬਾਲੀਏ ਤਾਂ ਉੱਥੋਂ ਦੀ ਸੇਕ ਨਿਕਲਦਾ ਤੂੰ ਛੂੰ ਠੀਕ ਹੋ ਗਿਆ ਅਤੇ ਇਹ ਜੇ ਸਾਡਾ ਕੱਪ ਪਿਰਚ ਚਾਹ ਵਾਸਤੇ ਸੋਹਣਾ ਸੋਹਣਾ ਇਹ ਜੀ ਕਿਚਨ ਹੈ ਜਿਹੜਾ ਮਿੱਟੀ ਦਾ ਬਣਾਇਆ ਦਾ ਉਹਦੇ ਵਿੱਚ ਪਏਦੇ ਨੇ ਤਾਂ ਥੋੜ੍ਹਾ ਜਿਹਾ ਨਾ ਰੋਸ਼ਨੀ ਨਹੀਂ ਇੱਥੇ ਤਾਂ ਥੋੜ੍ਹਾ ਹਨੇਰਾ ਹਨੇਰਾ ਦਿਖਣ ਡਿਆ ਠੀਕ ਹੈ ਕਿਚਨ ਤਾਂ ਅਸੀਂ ਪਾਇਆ ਦਾ ਦੇਸੀ ਛੱਤ ਇੰਨੀ ਕੀ ਹੈ ਪਸਾਰੀ ਆ ਸਾਡੀ ਬੱਦਲ ਕਣੀ 'ਚ ਭਾਂਡੇ ਭੁੰਡੇ ਰੱਖਣ ਲਈ ਅਤੇ ਜਾਂ ਕਿਤੇ ਰੋਟੀ ਪਕਾਉਣ ਲਈ ਮਜਬੂਰੀ ਦੇ ਟਾਈਮ ਨਹੀਂ ਤਾਂ ਅਸੀਂ ਗੈਸ ਬਾਲਦੇ ਹਾਂ ਸਿਲੰਡਰ ਵਾਲੀ ਗਰਮੀ ਬੜੀ ਹੈ ਬਹੁਤ ਗਰਮੀ ਬਹੁਤ ਗਰਮੀ ਉਹਨੂੰ ਆਖਦੇ ਨਾ ਬੜੀ ਗਰਮੀ ਉਹ ਪਈ ਕਰਦੀ ਇਹ ਜਿਹੜਾ ਅਸੀਂ ਤੁਹਾਨੂੰ ਚੁੱਲ੍ਹਾ ਦੱਸਿਆ ਨਾ ਚੈਨਕ ਵਾਲਾ ਉਹ ਤੁਸੀਂ ਚੈਨਕ ਦੇਖ ਸਕਦੇ ਹੋ ਇਹਦੀ ਨਕਲ ਲਾ ਕੇ ਤੁਸੀਂ ਚੁੱਲ੍ਹਾ ਬਣਾਇਆ ਦਾ ਜੇ ਮੈਂ ਤਾਂ ਆਖਿਓ ਕਿਸੇ ਦਾ ਚੁੱਲ੍ਹਾ ਵੇਖ ਕੇ ਬਣਾ ਸੀ ਇਹਨੂੰ ਵੇਖ ਕੇ ਇਹਦੇ ਵੱਲ ਵੇਖ ਵੇਖ ਕੇ ਤੁਸੀਂ ਮਿੱਟੀ ਦਾ ਚੁੱਲ੍ਹਾ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਚੀਜ਼ ਵੇਖ ਲਵੋ ਅਤੇ ਉਹਦੇ ਵੱਲ ਵੇਖ ਕੇ ਤਜਰਬਾ ਕਰਕੇ ਅਤੇ ਚੀਜ਼ ਬੁੱਢੀਆਂ ਵੀ ਬਣਾ ਸਕਦੀਆਂ ਨੇ ਮਿੱਟੀ ਦੀ ਬਿਲਕੁਲ ਬਿਲਕੁਲ ਜੀ ਜੀ ਇਹ ਤਾਂ ਨਹੀਂ ਕਿ ਮਿਸਤਰੀ ਕੇ ਕਾਰੀਗਰ ਹੁੰਦੇ ਨੇ ਬੰਦੇ ਕੇ ਨਹੀਂ ਨਹੀਂ ਸਾਰੇ ਕਾਰੀਗਰ ਦੇਖੇ ਨੇ ਜੀ ਮਾਸ਼ਾ ਅੱਲਾਹ ਚੁੱਲ੍ਹੇ ਕਿੰਨੇ ਸੋਹਣੇ ਨੇ ਬਣੇ ਦੇ ਦੇਖੋ ਜੀ ਪਿੱਲਰ ਕਿੱਡੇ ਪਿਆਰੇ ਬਣਾਏ ਨੇ ਹੈ ਜੀ ਪਿਆਰੇ ਦੋਸਤੋ
ਛੇੜ ਬਣਾਈ ਦੇ ਅੱਗੇ ਡਿਜ਼ਾਈਨ ਪਾ ਕੇ ਸੋਹਣੀ ਹੈ। ਬੜੀ ਗਰਮੀਆਂ ਆਉਣਾ ਜੀ, ਤੁਸੀਂ ਕੀ ਕਰਦੇ ਪਏ ਇੱਥੇ? ਗਰਮੀ ਚ ਨਹੀਂ ਕੀ ਕਰਨਾ, ਮੰਜੇ ਛੱਤ ਚਾੜੀਆਂ ਤੇ ਮੈਂ ਬੈਠ ਕੇ ਕੋਈ ਫੰਕਸ਼ਨ ਕਰੀਏ। ਬੱਤੀ ਦੇ ਆਉਣ ਦਾ ਨਾਂ ਨਹੀਂ ਲਏ ਕਰਦੀ।